ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਨੰਗਲੰਬੀ ਹਾਂ। ਅੱਜ ਸਾਡੀ ਇੱਥੇ ਮੇਜਰ ਲੀਗ ਕਬੱਡੀ ਦੀ ਫੈਡਰੇਸ਼ਨ ਦੀ ਮੀਟਿੰਗ ਹੋਈ ਹੈ ਸ਼ਾਹਕੋਟ। ਜੇ ਤੁਹਾਨੂੰ ਪਤਾ ਹੀ ਆ, ਸੁਰਜੀਤ ਸਿੰਘ ਚੱਠੇ ਵੱਲੋਂ ਜਿਹੜੇ ਆਰੋਪ ਲਾਏ ਗਏ ਆ ਉਹਦਾ ਸਪਸ਼ਟੀਕਰਨ ਦੇਣ ਲਈ। ਅਤੇ ਹੁਣ ਗੱਲ ਕਰੀਏ ਸਾਡੇ ਉੱਪਰ ਲੱਗੇ ਦੋਸ਼ਾਂ ਬਾਰੇ ਕਿ ਫੈਡਰੇਸ਼ਨ ਗੈਂਗਸਟਰਾਂ ਦੀ ਹੈ, ਇਸ ਨੂੰ ਕੋਈ ਗੈਂਗਸਟਰ ਚਲਾ ਰਿਹਾ ਹੈ। ਇਹ ਬਿਲਕੁਲ ਹੀ ਨਿਰਧਾਰ ਦੋਸ਼ ਹਨ। ਸਾਡੀ ਫੈਡਰੇਸ਼ਨ ਨੂੰ ਬਣਾਉਣ ਵਾਲੀ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਦੀ ਰਜਿਸਟਰ ਸੁਸਾਇਟੀ ਹੈ, ਜਿਸ ਦਾ ਕਿ ਆਪਣਾ ਬੈਂਕ ਖਾਤਾ ਹੈ। ਸਾਡੀ ਜਿਹੜਾ ਰਜਿਸਟਰ ਕਰਾਈ ਆ ਉਹਦਾ ਸਰਟੀਫਿਕੇਟ ਆ। ਅਤੇ ਸਾਡੀ ਫੈਡਰੇਸ਼ਨ ਨੂੰ ਬਣਾਉਣ ਵਾਲੀ ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਦੀ ਰਜਿਸਟਰ ਸੁਸਾਇਟੀ ਹੈ, ਜਿਸ ਦਾ ਕਿ ਆਪਣਾ ਬੈਂਕ ਖਾਤਾ ਹੈ। ਆਹ ਸਾਡੀ ਬੈਂਕ ਸਟੇਟਮੈਂਟ ਆ ਜੀ। ਅਤੇ ਹਰੇਕ ਕੰਮ ਨੂੰ ਕਾਨੂੰਨੀ ਦਾਇਰੇ ਹੇਠ ਹੈ। ਇੱਕ ਇੱਕ ਪੈਸੇ ਦੀ ਆਮਦਨ ਅਤੇ ਖਰਚ ਦਾ ਹਿਸਾਬ ਰੱਖਿਆ ਜਾਂਦਾ ਹੈ, ਜੋ ਕਿ ਭਾਰਤ ਸਰਕਾਰ ਕੋਲ ਬਕਾਇਦਾ ਆਡਿਟ ਵੀ ਕਰਵਾਇਆ ਜਾਵੇਗਾ। ਜੋ ਟੀਮਾਂ ਸਾਡੀ ਫੈਡਰੇਸ਼ਨ ਵਿੱਚ ਖੇਡ ਰਹੀਆਂ ਹਨ ਉਹ ਪਿਛਲੇ ਸਾਲ ਕਈ ਸਾਲਾਂ ਤੋਂ ਸੁਰਜਣ ਜੱਠੇ ਤੋਂ ਲੈ ਕੇ ਪੰਜਾਬ ਦੀਆਂ ਹੋਰ ਫੈਡਰੇਸ਼ਨਾਂ ਵਿੱਚ ਖੇਡ ਰਹੀਆਂ ਸਨ। ਕੋਈ ਵੀ ਨਵੀਂ ਧਿਰ ਮੇਜਰ ਲੀਗ ਫੈਡਰੇਸ਼ਨ ਵਿੱਚ ਨਹੀਂ ਖੇਡਣ ਲੱਗੀ। ਦੂਸਰਾ ਇਲਜ਼ਾਮ ਲਗਾਇਆ ਕਿ ਡੋਪ ਦੇ ਸ਼ਿਕਾਰ ਇਸ ਫੈਡਰੇਸ਼ਨ ਨੂੰ ਚਲਾ ਰਹੇ ਹਨ। ਇਹ ਸਰਾਸਰ ਗਲਤ ਆਰੋਪ ਹੈ। ਇਹ ਫੈਡਰੇਸ਼ਨ ਕਬੱਡੀ ਅਤੇ ਹੋਰ ਖੇਡਾਂ ਦੀਆਂ ਬਿਹਤਰੀਨ ਸ਼ਖਸੀਅਤਾਂ ਨੂੰ ਲੈ ਕੇ ਬਣਾਈ ਗਈ ਹੈ, ਜੋ ਇੱਕ ਜਾਂ ਦੋ ਖਿਡਾਰੀ ਸੁਰਜਣ ਜੱਠੇ ਦੀ ਫੈਡਰੇਸ਼ਨ ਵੱਲੋਂ ਡੋਪ ਵਿੱਚ ਪੋਜ਼ੀਟਿਵ ਸ਼ੋਅ ਕੀਤੇ ਗਏ ਸਨ, ਤਾਂ ਬਾਅਦ ਵਿੱਚ ਇਸ ਨੇ ਹੀ ਉਹਨਾਂ ਖਿਡਾਰੀਆਂ ਨੂੰ ਕਲੀਨ ਚਿੱਟ ਕਿਉਂ ਦਿੱਤੀ? ਆਹ ਦੇਖੋ ਜਿਹੜਾ ਇਹਨਾਂ ਕਲੀਨ ਚਿੱਟ ਦਿੱਤੀ ਅਥਲੇ ਸਿਆਣ ਸੁਰਜਣ ਜੱਠੇ ਦੀ ਆਈ, ਕਿਉਂਕਿ ਇਸਨੇ ਬਗੈਰ ਮਾਨਤਾ ਪ੍ਰਾਪਤ ਆਪਣੀ ਸੱਤਾ ਨੂੰ ਬਚਾਉਣ ਵਿੱਚ ਸਹਾਈ ਲੋਕਲ ਲੈਬੋਰਟਰੀ ਤੋਂ ਖਿਡਾਰੀਆਂ ਦੇ ਟੈਸਟ ਕਰਵਾਏ ਸਨ। ਵਿਵਾਦ ਖੜ੍ਹਾ ਹੋਣ 'ਤੇ ਇਸ ਨੇ ਇਹਨਾਂ ਖਿਡਾਰੀਆਂ ਨੂੰ ਖੁਦ ਕਲੀਨ ਚਿੱਟ ਦਿੱਤੀ ਅਤੇ ਅੱਜ ਦੋਸ਼ੀ ਦੱਸ ਰਿਹਾ। ਅਤੇ ਤੀਸਰਾ ਇਲਜ਼ਾਮ ਲਗਾਇਆ ਗਿਆ ਕਿ ਫੈਡਰੇਸ਼ਨ ਡਰੱਗ ਮਨੀ ਨਾਲ ਚੱਲਦੀ ਹੈ। ਅਜੇ 4 ਮਹੀਨੇ ਪਹਿਲਾਂ ਹੀ ਸਾਡੀ ਫੈਡਰੇਸ਼ਨ ਬਣੀ ਹੈ, ਜਿਸ ਦਾ ਕਿ ਬੈਂਕ ਖਾਤਾ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਨੂੰ ਆਡਿਟ ਕਰਵਾਇਆ ਜਾਵੇਗਾ। ਤੀਸਰਾ ਇਲਜ਼ਾਮ ਲਗਾਇਆ ਗਿਆ ਕਿ ਫੈਡਰੇਸ਼ਨ ਡਰੱਗ ਮਨੀ ਨਾਲ ਚੱਲਦੀ ਹੈ। ਅਜੇ 4 ਮਹੀਨੇ ਪਹਿਲਾਂ ਹੀ ਸਾਡੀ ਫੈਡਰੇਸ਼ਨ ਬਣੀ ਹੈ, ਜਿਸ ਦਾ ਕਿ ਬੈਂਕ ਖਾਤਾ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਨੂੰ ਆਡਿਟ ਕਰਵਾਇਆ ਜਾਵੇਗਾ। ਇੱਕ ਇੱਕ ਪੈਸੇ ਦਾ ਆਉਣ ਅਤੇ ਜਾਣ ਦਾ ਹਿਸਾਬ ਰੱਖਿਆ ਜਾਂਦਾ ਹੈ। ਇਹ ਪੈਸਾ ਪਿੰਡਾਂ ਦੀਆਂ ਲੋਕਲ ਕਮੇਟੀਆਂ ਵੱਲੋਂ ਖੇਡ ਮੇਲੇ ਬੁੱਕ ਕਰਵਾਉਣ ਲਈ ਐਡਵਾਂਸ ਜਾਂ ਸਾਡੀ ਫੈਡਰੇਸ਼ਨ ਦੇ ਟਾਈਟਲ ਸਪੋਂਸਰ ਗਾਖਲ ਗਰੁੱਪ ਵੱਲੋਂ ਆਇਆ ਹੈ। ਅੱਜ ਤੁਹਾਡੀ ਰਸੀਦ ਬੁੱਕ ਬਣੀ ਆ, ਜਿਹੜੀ ਵੀ ਕਮੇਟੀ ਸਾਨੂੰ ਆਪਣੀ ਐਡਵਾਂਸ ਬੁਕਿੰਗ ਕਰਾਉਂਦੀ ਆ ਉਹਨੂੰ ਪ੍ਰੋਪਰ ਰਸੀਦ ਕੱਟ ਕੇ ਅਸੀਂ ਦਿੰਦੇ ਹਾਂ। ਅੱਜ ਤੱਕ ਇਸ ਦਾ ਵੱਡਾ ਹਿੱਸਾ ਖੇਡ ਦੀ ਨਸ਼ਾ ਮੁਕਤੀ ਲਈ ਅੰਤਰਰਾਸ਼ਟਰੀ ਏਜੰਸੀ ਨਾਲ ਕੀਤੇ ਕਰਾਰ ਵਿੱਚ ਖਰਚਿਆ ਗਿਆ ਹੈ। ਸਾਡੀ ਫੈਡਰੇਸ਼ਨ ਦਾ ਸਾਰਾ ਲੈਣ ਦੇਣ ਬੈਂਕ ਰਾਹੀਂ ਹੀ ਕੀਤਾ ਜਾਂਦਾ ਹੈ। ਹੁਣ ਤੱਕ ਸਾਡੇ ਫੈਡਰੇਸ਼ਨ ਦੇ ਅਕਾਊਂਟ ਖਾਤੇ ਵਿੱਚ ਤਕਰੀਬਨ 18 ਲੱਖ ਰੁਪਈਆ ਆ ਚੁੱਕਾ, ਜਿਹਦੇ ਵਿੱਚੋਂ 10 ਲੱਖ ਰੁਪਈਆ ਅਸੀਂ ਨਸ਼ਾ ਮੁਕਤ, ਜਿਹੜੀ ਸਾਡਾ ਕਰਾਰਨਾਮਾ ਹੋਇਆ ਡਾਕਟਰਾਂ ਨੂੰ ਉਹਨੂੰ ਅਸੀਂ ਦੇ ਚੁੱਕੇ ਹਾਂ, ਜਿਹਦੀ ਕਿ ਆ ਇਨਵੋਇਸ ਤੁਸੀਂ ਦੇ ਸਕਦੇ ਕਰਾਰ ਸਾਡਾ ਜਿਹੜਾ ਹੋਇਆ ਸਾਡੀ ਏਜੰਸੀ ਨਾਲ। ਅਸੀਂ 10 ਲੱਖ ਰੁਪਈਆ ਹੁਣ ਤੱਕ ਅਸੀਂ ਜਿਹੜਾ ਕਬੱਡੀ ਨਸ਼ਾ ਮੁਕਤ ਕਰਨ ਲਈ ਖਰਚ ਚੁੱਕੇ ਹਾਂ, ਅਤੇ ਸਾਨੂੰ ਇਹ ਕਹਿ ਰਿਹਾ ਵੀ ਇਹ ਡਰੱਗਾਂ ਦੀ ਇਹ ਫੈਡਰੇਸ਼ਨ ਆ। ਹੁਣ ਇਹ ਵੀ ਸੁਰਜਣ ਦੱਸੇ ਕਿ ਉਹ ਇੰਨੇ ਸਾਲ ਤੋਂ ਫੈਡਰੇਸ਼ਨ ਕਿਸ ਪੈਸੇ ਨਾਲ ਚਲਾ ਰਿਹਾ, ਉਸ ਦੀਆਂ ਬੈਂਕ ਡਿਟੇਲ ਲੈ ਕੇ ਦਿਖਾਵੇ। ਜਦਕਿ ਸਾਨੂੰ ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਦੀ ਸਰਕਾਰ ਨੇ ਸੁਰਜਣ ਨੂੰ ਬਲੈਕਲਿਸਟ ਕਰਕੇ ਆਪਣੇ ਮੁਲਕ ਵਿੱਚ ਪੈਰ ਰੱਖਣ ਤੋਂ ਵੀ ਰੋਕਿਆ ਹੈ। ਇਹਨਾਂ ਸਾਰੇ ਪੱਖਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਫਿਰ ਇਹ ਕਿਸ ਪੈਸੇ ਨਾਲ ਫੈਡਰੇਸ਼ਨ ਚਲਾ ਰਿਹਾ ਹੈ। ਜਿੱਦਾਂ ਅਸੀਂ ਮੈਨੂੰ 20 ਸਾਲ ਹੋ ਗਏ ਕਬੱਡੀ ਖੇਡਦਿਆਂ ਨੂੰ, ਜਦੋਂ ਦੀ ਅੰਕਲ ਚੱਠੇ ਦੀ ਫੈਡਰੇਸ਼ਨ ਬਣੀ ਆ ਅਸੀਂ ਉਦੋਂ ਖੇਡਦੇ ਆ ਰਹੇ ਹਾਂ। ਹੁਣ ਮੇਰੇ ਵੀਰ ਕਈ ਕਹਿਣਗੇ ਵੀ ਹੁਣ ਕਾਹਤੋਂ ਵੀ ਬੋਲੇ ਆ ਪਲੇਅਰ, ਹੈ ਨਾ, ਹੁਣ ਪਹਿਲਾਂ ਕਾਹਤੋਂ ਕਿੱਥੇ ਸੀਗੇ। ਮੈਂ ਗੱਲ ਕਹਿਣੀ ਚਾਹੁੰਦਾ ਵੀ ਅਸੀਂ ਉਦੋਂ ਇੱਕ ਪਲੇਅਰ ਸੀਗੇ, ਸਾਡੇ ਹੱਥ ਕੁਛ ਨਹੀਂ ਸੀ। ਅਤੇ ਉਹ ਜਦੋਂ ਸਾਡੀ ਟੀਮ ਬਣੀ ਸ਼ਾਹਕੋਟ ਦੀ ਅੱਜ ਤੋਂ 6 ਸਾਲ ਪਹਿਲਾਂ, ਤਾਂ ਸਾਡੇ ਉਹ ਸੀਗਾ ਵੀ ਅਸੀਂ ਵਿੱਚ ਆ ਗਏ ਹਾਂ, ਪਹਿਲਾਂ ਅਸੀਂ ਹੋਰ ਟੀਮਾਂ ਖੇਡਦੇ ਸੀਗੇ। ਜਦੋਂ ਟੀਮ ਬਣੀ ਆ ਵੀ ਅਸੀਂ ਅੰਕਲ ਚੱਠਿਆਂ ਰਹਿ ਕੇ ਅਸੀਂ ਸਿਸਟਮ ਸਹੀ ਕਰਾਂਗੇ, ਪਰ ਅਸੀਂ ਥੋੜ੍ਹੀ ਕੋਸ਼ਿਸ਼ ਵੀ ਕੀਤੀ ਆ।
ਜੋ ਉਹਦੀ ਸ਼ਾਹਕੋ ਟੀਮ ਬਣੀ ਨੌਰਥ ਇੰਡੀਆ ਥੋੜ੍ਹੀ ਉੱਪਰ ਗਈ ਉਹਦੇ ਵਿੱਚ ਕੀ ਸੀਗਾ ਚਲੋ ਮੈਂ ਕੱਪਾਂ ਦੇ ਨਾਂ ਲੈਣੇ ਬੋਰਡ ਲੱਗਦੇ 2.5 ਲੱਖ 3 ਲੱਖ ਪ੍ਰਾਈਜ਼ ਅਤੇ ਸਾਨੂੰ ਮਿਲਦਾ ਸੀ 1.5 ਲੱਖ ਰੁਪਈਆ ਜਦੋਂ ਅਸੀਂ ਕਮੇਟੀ ਨੂੰ ਕਹਿੰਦੇ ਸੀ ਅੰਕਲ ਨਾਲ ਗੱਲ ਖੜੀ ਹੋਈ ਆ ਠੀਕ ਹੈ 5-7 ਮੇਰੇ ਇੱਦਾਂ ਦੇ ਹੋਏ ਉਹ ਵੀ ਅਸੀਂ ਫਿਰ ਅਗਲੇ ਸਾਲ ਸਟੈਂਡ ਲਿਆ ਵੀ ਜਿੰਨਾ ਅਸੀਂ ਪੋਸਟਰ 'ਤੇ ਲਿਖਿਆ ਪ੍ਰਾਈਜ਼ ਉਨਾ ਲਵਾਂਗੇ ਚਲੋ ਅਸੀਂ ਸਾਡਾ ਇੱਕ ਮਨ 'ਚ ਇਹ ਸੀਗਾ ਵੀ ਅਸੀਂ ਕਬੱਡੀ ਖੇਡਣੀ ਅਜੇ ਅਸੀਂ ਕੁਛ ਨਹੀਂ ਕਰ ਸਕਦੇ ਕਿਉਂ ਅਜੇ ਸਾਡੇ ਕੋਲ ਅਸੀਂ ਅਜੇ ਕਾਫੀ ਟਾਈਮ ਪਿਆ ਜੇ ਕੋਈ ਬੋਲਾਂਗੇ ਜੇ ਬੋਲਦੇ ਹਾਂ ਇਹ ਕਹਿੰਦਾ ਸੀ ਬੈਨ ਕਰ ਦੇਣਾ ਕਿਉਂਕਿ ਜਿੱਥੇ ਵੀ ਜੇ ਕੋਈ ਪਲੇਅਰ ਬੋਲਦਾ ਸੀ ਬੈਨ ਕੋਈ ਡਰਦਾ ਬੋਲਦਾ ਨਹੀਂ ਸੀ ਹੁਣ ਸਾਡੇ ਮਨ 'ਚ ਵਿਚਾਰ ਆਇਆ ਸੀਗਾ ਚਲੋ ਕਬੱਡੀ ਹੁਣ ਐਂਡ 'ਤੇ ਆ ਕਿੰਨੇ ਪਲੇਅਰ ਖੇਡੇ ਆ ਖੇਡ ਕੇ ਘਰ ਬਹਿ ਗਏ ਆ ਕੋਈ ਕੁਛ ਨਹੀਂ ਕਰਦਾ ਵੀ ਜੇ ਆਪਾਂ ਨੂੰ ਕਬੱਡੀ ਨੇ ਕੁਛ ਦਿੱਤਾ ਆਪਾਂ ਕੋਈ ਕੁਛ ਕਰ ਸਕਦੇ ਕਰੀਏ ਅਤੇ ਚਲੋ ਸਲਾਹ ਬਣੀ ਅਤੇ ਅਸੀਂ ਨਵੀਂ ਮੇਜਰ ਲਈ ਕਬੱਡੀ ਨਵੀਂ ਦੀ ਸਥਾਪਨਾ ਹੋਈ ਆ ਬਾਕੀ ਜਿਹੜਾ ਕਹੀਏ ਅੰਕਲ ਚੱਠੇ ਦਾ ਜੋ ਚੱਲਦਾ ਸੀਗਾ 2007 ਵਿੱਚ ਮੈਂ ਅਤੇ ਕੁਲਜੀਤਾ ਮਸੀਹ ਵਾਲਾ ਅਸੀਂ ਅਨੰਦਪੁਰ ਜਾ ਰਹੇ ਮੈਚ 'ਤੇ ਕੁਲਜੀਤਾ ਦੀ ਗੱਡੀ 'ਚ ਸਾਨੂੰ ਅੰਕਲ ਨੇ ਉਦੋਂ ਵੀ ਫੋਨ ਕੀਤਾ ਕੁਲਜੀਤੇ ਨੂੰ ਵੀ ਅਨੰਦਪੁਰ ਸਾਹਿਬ ਖੇਡਣਾ ਨਹੀਂ ਗਾ ਅਤੇ ਜਿਹੜੇ ਸੀਗੇ ਚੱਲਦੇ ਮੈਚ ਖੇਡਣ ਨੂੰ ਵਾਪਸ ਆ ਜਾਓ ਮੇਰੀ ਉਹ ਅੰਕਲਾਂ ਬਾਹਲੀ ਨਹੀਂ ਸੀ ਕੁਲਜੀਤੇ ਸੀ ਕਹਿੰਦਾ ਸੰਦੀਪ ਅੰਕਲ ਦਾ ਫੋਨ ਆਇਆ ਜੇ ਖੇਡੇ ਤੁਸੀਂ ਅਨੰਦਪੁਰ ਉੱਥੇ ਹੋਲੇ ਮਹੱਲੇ 'ਤੇ ਤੁਹਾਨੂੰ ਬੈਨ ਕਰ ਦੇਣਾ ਮੈਂ ਨਹੀਂ ਚੱਲ ਮੈਂ ਧੱਕੇ ਨਾਲ ਕੁਲਜੀਤ ਲੈ ਕੇ ਉੱਥੇ ਖੇਡੇ ਸੀ ਪਰ ਅੰਕਲ ਨੇ ਪੂਰਾ ਜ਼ੋਰ ਲਾਇਆ ਵੀ ਤੁਸੀਂ ਵਾਪਸ ਮੁੜਾਓ ਫਿਰ ਮੁਠੱਡਿਆਂ ਕੱਪ ਹੋਇਆ 2017 ਦੀ ਗੱਲ ਆਈ ਅੰਕਲ ਨੇ ਪਹਿਲਾਂ ਉਹਨਾਂ ਕੱਪ ਕਰਾਇਆ ਸੀ ਨੌਰਥ ਦਾ ਫਿਰ ਉਹਨਾਂ ਕੱਪ ਕਰਾਤਾ ਪੰਜਾਬ ਦਾ ਅੰਕਲ ਨੇ ਜਿੱਦਣਾ ਕੱਪ ਕਰਾ ਰੱਖਿਆ ਆਟੇ ਪਿੰਡ ਅੱਛਾ 5 ਦਿਨ ਅੰਕਲ ਰਣਜੀਤ ਸਿੰਘ ਢੰਡੇ ਦੇ ਘਰ ਜਾਂਦਾ ਰਿਹਾ ਵੀ ਆਪਾਂ ਕੱਪ ਕਰਾਉਣਾ ਟੰਡਾ ਭਾਜੀ ਮੰਨਦਾ ਨਹੀਂ ਸੀ ਨਹੀਂ ਮੇਰੀ ਬੇਇੱਜ਼ਤੀ ਆ ਕੱਪ ਕਰਾਉਣਾ ਚਲੋ ਟੰਡੇ ਭਾਜੀ ਨੇ ਪੈਸੇ ਦਿੱਤੇ ਕੱਪ ਹੋਇਆ ਫਿਰ ਕੀ ਹੋਇਆ ਉਦੋਂ ਅਗਲੇ ਸਾਲ ਅੰਕਲ ਚੱਠੇ ਨੇ ਕੱਪ ਬੁੱਕ ਕਰ ਲਿਆ ਮਠੱਡਿਆਂ ਦਾ ਦੇਖੋ ਪਹਿਲੇ ਸਾਲ ਐਂਟਰੀ ਕਰਾਇਆ ਕੱਪ ਅਤੇ ਅਗਲੇ ਸਾਲ ਫਿਰ ਉਹਦਾ ਕੱਪ ਬੁੱਕ ਕਰ ਲਿਆ ਦੇਖੋ ਸਟੈਂਡ ਤੁਸੀਂ ਉੱਥੇ ਨਾਂ ਗਿਲਾਤਾ ਨਾਂ ਲਾਤਾ ਮੇਰਾ ਵੀ ਸੰਦੀਪ ਨੇ ਜਿਸ ਤਰ੍ਹਾਂ ਕੱਪ ਕਰਾਇਆ ਤੁਹਾਡੇ ਮੂਹਰੇ ਸੱਤੇ ਭਾਜੀ ਹੁਣੀ ਆ ਬਹੁਤ ਵਧੀਆ ਪ੍ਰਮੋਟਰ ਆ ਉਹਨਾਂ ਬਾਰੇ ਮੈਨੂੰ ਮਾੜਾ ਬਣਾ ਦਿੱਤਾ ਅਤੇ ਢੰਡੇ ਭਾਜੀ ਨੂੰ ਆਪ ਇਹਨੇ ਫਿਰ ਕਾਬੂ ਕਰ ਲਿਆ ਦੇਖੋ ਸਟੈਂਡ ਵੀ ਕੋਈ ਸਟੈਂਡ ਨਹੀਂ ਸਾਡੇ ਸੰਦੀਪ ਲੁੱਧਰ ਦੇ ਜਦੋਂ ਸ਼ਾਹਕੋਟ ਟੀਮ ਬਣੀ ਆ ਮੈਂ ਕਹਿੰਦਾ ਵੀ 60% ਸੰਦੀਪ ਲੁੱਧਰ ਦੇ ਸਿਰ 'ਤੇ ਸੀ ਨੌਰਥ ਫੋਡੇਸ਼ਨ ਡਿਮਾਂਡ ਸੀ ਬੰਦੇ ਦੀ ਉਹਦੇ ਲਗਾਮੰਟ ਟੁੱਟ ਗਏ ਅਸੀਂ ਅੰਕਲ ਵੀ ਤੁਹਾਡੇ ਵੀ ਉਹਦੀ ਸਪੋਰਟ ਕਰਨੀ ਹੈਲਪ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ ਪੈਸੇ ਕਿੱਥੇ ਜਾਂਦੇ ਆ ਕੋਈ ਹਿਸਾਬ ਨਹੀਂ 20 ਸਾਲ 'ਚੋਂ ਦੱਸੋ ਕਿਵੇਂ ਹਿਸਾਬ ਦਿੱਤਾ ਕੋਈ ਹਿਸਾਬ ਨਹੀਂ ਅਤੇ ਸਾਡੀ ਇਹ ਮੇਜਰ ਲੀਗ ਕਬੱਡੀ ਬਣੀ ਆ ਇਹਦਾ ਇੱਕ ਪੈਸਾ ਹਿਸਾਬ ਜਿਹੜਾ ਮਰਜ਼ੀ ਟੀਮ ਦਾ ਮੈਂਬਰ ਲਿਆ